ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ Q&A, ਯਾਨੀ ਕਿ ਕੁਐਸਚਨ ਅਤੇ ਆਂਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਔਰ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਕਮੈਂਟ ਬਹੁਤ ਸਾਰੇ ਹੁੰਦੇ ਨੇ, ਸੋ ਸਾਰੇ ਕਮੈਂਟ ਦਾ ਜਵਾਬ ਦੇਣਾ ਪੋਸੀਬਲ ਨਹੀਂ ਹੁੰਦਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ। ਸੋ ਵੀਡੀਓ ਸਾਡੀ 7 ਤੋਂ 8 ਮਿੰਟ ਦੀ ਹੁੰਦੀ ਹੈ। ਸੋ ਜਿੰਨੇ ਕਮੈਂਟ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਕਮੈਂਟ ਹੈਗੇ ਹੈ, ਯਾਨੀ ਕਿ ਤੁਹਾਡੇ ਸਵਾਲ ਸ਼ਾਮਿਲ ਕੀਤੇ ਜਾਣ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਹੈਗਾ ਜੀ, ਜੱਟ ਬੁਆਏ 04 ਲਿਖਦੇ ਨੇ, ਵਾਟ ਇਜ਼ ਦਾ ਪਰਮਾਨੈਂਟ ਲਾਇਬਿਲਟੀ ਆਫ ਪੈਸੰਜਰ ਐਜ਼ ਲੋ ਪ੍ਰੋਫਾਈਲ। ਆਈ ਥਿੰਕ ਏਅਰਲਾਈਨ ਹੈਵ ਨੋ ਰਾਈਟ ਟੂ ਪ੍ਰੋਫਾਈਲਿੰਗ ਪੈਸੰਜਰ ਅਕੋਰਡਿੰਗ ਟੂ ਦੇਅਰ ਪ੍ਰੋਫੈਸ਼ਨਲ। ਯੈਸ, ਪੈਸੰਜਰ ਕੈਨ ਟਰੈਵਲ ਵਿਦ ਸੈਪਰੇਟ ਰਿਟਰਨ ਟਿਕਟ, ਦੇਰ ਇਜ਼ ਨੋ ਸੱਚ ਲਾ ਟੂ ਪੋਲਸੀ ਟੂ ਅਫੈਕਟ, ਬਟ ਇਫ ਪੈਸੰਜਰ ਮੋਟਿਵ ਇਜ਼ ਨੋਟ ਟੂ ਰਿਟਰਨ ਟੂ ਦੇਅਰ ਹੋਮ ਕੰਟਰੀ, ਦੈਨ ਦੇ ਸ਼ੁੱਡ ਕੈਨ ਯੂ ਰਿਟਰਨ ਬੈਕ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ, ਮੇਰੀ ਨਾ ਇੱਕ ਵੀਡੀਓ ਮੈਂ ਬਣਾਈ ਸੀ ਕਿ ਵੀਜ਼ਾ ਹੋਣ ਤੋਂ ਬਾਵਜੂਦ ਵੀ ਤੁਹਾਨੂੰ ਏਅਰਪੋਰਟ ਤੋਂ ਰਿਟਰਨ ਕਰ ਦਿੱਤਾ ਜਾਂਦਾ, ਯਾਨੀ ਕਿ ਬੋਰਡਿੰਗ ਨਹੀਂ ਕਰਨ ਦਿੱਤਾ ਜਾਂਦਾ। ਇਹਦਾ ਕਾਰਨ ਕੀ ਹੋ ਸਕਦਾ? ਸੋ ਇਸ ਵੀਡੀਓ ਦੇ ਬਹੁਤ ਸਾਰੇ ਕਮੈਂਟ ਆਏ ਨੇ। ਹਰ ਇੱਕ ਬੰਦਾ ਆਪੋ ਆਪਣੀ ਜਿਹੜੀ ਹੈਗੀ ਹੈ ਉਹ ਰਾਏ ਰੱਖਦਾ ਹੁੰਦਾ, ਬਟ ਜਿਹੜੀ ਮੈਂ ਵੀਡੀਓ ਬਣਾਉਂਦਾ ਹੁੰਦਾ ਦੋਸਤੋ, ਮੈਂ ਆਪਣੇ ਐਕਸਪੀਰੀਅੰਸ ਤੋਂ ਬਣਾਉਂਦਾ ਹੁੰਦਾ। ਜਿੰਨੇ ਕੁ ਬੰਦੇ ਵਾਪਸ ਮੁੜ ਕੇ ਸਾਨੂੰ ਕੰਟੈਕਟ ਕਰਦੇ ਨੇ, ਅਸੀਂ ਉਹਨਾਂ ਦੇ ਵਿਊ ਲੈ ਕੇ, ਹੈ ਨਾ, ਜਿਵੇਂ ਏਅਰਲਾਈਨ ਉਹਨਾਂ ਨੂੰ ਸਵਾਲ ਕਰਦੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਮੇਰੇ ਮੁਤਾਬਕ ਜਿਹੜੇ ਬੰਦੇ ਨੂੰ ਏਅਰਲਾਈਨ ਵਾਪਸ ਮੋੜਦੀ ਹੈ ਉਹ ਵਾਪਸ ਫਿਰ ਬੋਰਡ ਜਿਹੜਾ ਹੈਗਾ ਉਹ ਕਰ ਸਕਦਾ ਹੈਗਾ, ਬਸ਼ਰਤੇ ਉਹਦੇ ਕੋਲ ਸਾਰੇ ਡਾਕੂਮੈਂਟ ਹੋਣ। ਮੈਂ ਤਾਂ ਤੁਹਾਨੂੰ ਇੱਕ ਗੱਲ ਦੀ ਹੋਰ ਸਲਾਹ ਦਿੰਦਾ ਹੁੰਦਾ ਕਿ ਤੁਹਾਡੇ ਨੂੰ ਇਹ ਨੌਬਤ ਆਏ ਨਾ, ਜੇਕਰ ਤੁਹਾਡਾ ਵੀਜ਼ਾ ਲੱਗ ਗਿਆ ਕਿਸੇ ਵੀ ਕੰਟਰੀ ਦਾ, ਭਾਵੇਂ ਤੁਸੀਂ UK ਜਾਣਾ ਹੈ, ਭਾਵੇਂ ਤੁਸੀਂ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਨਿਊਜ਼ੀਲੈਂਡ ਜਾਣਾ ਹੈਗਾ ਜਾਂ ਕਿਸੇ ਹੋਰ ਕੰਟਰੀ, ਸੋ ਜੇ ਤੁਹਾਡਾ ਵੀਜ਼ਾ ਲੱਗ ਗਿਆ, ਤੁਹਾਡਾ ਵੀਜ਼ਾ ਸਟੈਂਪ ਹੋ ਗਿਆ ਪਾਸਪੋਰਟ 'ਤੇ, ਜਿਸ ਪਰਪਸ ਔਫ ਬੀਟ ਨੂੰ ਲੈ ਕੇ ਤੁਸੀਂ ਆਪਦਾ ਵੀਜ਼ਾ ਲਿੱਤਾ ਹੈ ਉਸ ਪਰਪਸ ਔਫ ਬੀਟ ਦੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਜੇ ਤੁਸੀਂ ਹੋਟਲ ਬੁਕਿੰਗ 'ਤੇ ਵੀਜ਼ਾ ਲਿੱਤਾ ਹੈ ਦੋਸਤੋ, ਤਾਂ ਤੁਹਾਡੇ ਕੋਲ ਰਿਟਰਨ ਟਿਕਟ ਹੋਵੇ, ਹੋਟਲ ਦੀ ਬੁਕਿੰਗ ਹੋਵੇ, ਇੰਸ਼ੋਰੈਂਸ ਹੋਵੇ ਅਤੇ ਤੁਹਾਡੇ ਕੋਲ ਪ੍ਰੋਪਰ ਆਈਟੇਨਰੀ ਪਲਾਨ ਹੋਵੇ। ਤੁਸੀਂ 15 ਦਿਨਾਂ ਲਈ ਜਾ ਰਹੇ ਹੋ, ਸਭ ਤੋਂ ਪਹਿਲਾਂ ਕੀ ਤੁਹਾਡੇ ਕੋਲ ਰਿਟਰਨ ਟਿਕਟ ਹੈ, ਕੀ ਤੁਹਾਡੇ ਕੋਲ ਹੋਟਲ ਬੁਕਿੰਗ ਹੈ, ਔਰ ਜੇ ਤੁਹਾਡੇ ਕੋਲ ਹੋਟਲ ਬੁਕਿੰਗ ਵੀ ਹੈ ਤੁਹਾਡੇ ਕੋਲ ਆਈਟੇਨਰੀ ਪਲਾਨ ਹੈ ਕਿੱਥੇ ਕਿੱਥੇ ਘੁੰਮੋਗੇ। ਕਿਉਂਕਿ ਹੁਣ ਕੀ ਹੈ ਕਿ ਇਮੀਗ੍ਰੇਸ਼ਨ ਨੇ ਏਅਰਲਾਈਨ ਨੂੰ ਰਾਈਟ ਦਿੱਤਾ ਹੈ ਕਿ ਜਿਹੜਾ ਬੰਦਾ ਤੁਹਾਨੂੰ ਲੋਅ ਪ੍ਰੋਫਾਈਲ ਲੱਗਦਾ, ਜਿਹੜਾ ਬੰਦਾ ਲੱਗਦਾ ਕਿ ਇਹ ਜੈਨੂਨ ਨਹੀਂ ਹੈਗਾ, ਤੁਸੀਂ ਰਿਟਰਨ ਇੱਥੋਂ ਹੀ ਕਰ ਦਿਓ, ਇੱਥੇ ਲੈ ਕੇ ਨਾ ਆਓ। ਕਿਉਂਕਿ ਜੇਕਰ ਇਸ ਤਰ੍ਹਾਂ ਦਾ ਬੰਦਾ ਸਿਰੇ ਚਲਾ ਜਾਂਦਾ ਹੈ ਤਾਂ ਉੱਥੋਂ ਡਿਪੋਰਟ ਹੁੰਦਾ, ਏਅਰਲਾਈਨ ਨੂੰ ਫਰੀ ਆਫ ਕੋਸਟ ਲੈ ਕੇ ਆਉਣਾ ਪੈਂਦਾ ਅਤੇ ਨਾਲੇ ਪੈਨਲਟੀ ਵੀ ਏਅਰਲਾਈਨ ਨੂੰ ਲੱਗਦੀ ਹੈ। ਸੋ ਏਅਰਲਾਈਨ ਕੀ ਕਰਦੀ ਹੈ ਫਿਰ, ਤੁਹਾਡੀ ਸਕਰੀਨਿੰਗ ਕਰਦੀ ਹੈ, ਜਿੱਥੇ ਉਹਨੂੰ ਡਾਊਟ ਹੁੰਦਾ ਬੰਦਾ ਫੜ ਕੇ ਉਹ ਇੱਥੋਂ ਹੀ ਬੋਰਡਿੰਗ ਡਿਨਾਈ ਕਰ ਦਿੰਦੀ ਹੈ, ਤੁਹਾਨੂੰ ਵਾਪਸ ਭੇਜ ਦਿੰਦੀ ਹੈ। ਕਾਰਨ ਕੀ ਹੁੰਦਾ? ਸਭ ਤੋਂ ਵੱਡਾ ਕਾਰਨ ਹੁੰਦਾ ਹੈ ਤੁਸੀਂ ਕਿਸੇ ਦੀ ਗੱਲਾਂ 'ਚ ਆ ਜਾਂਦੇ ਹੋ। ਅੱਜ ਕੱਲ੍ਹ ਵੀਜ਼ਾ ਲੈ ਲੈਂਦੇ ਹਨ ਲੋਕ, ਬਟ ਪ੍ਰੋਬਲਮ ਕੀ ਆਉਂਦੀ ਹੈ ਕਿ ਤੁਸੀਂ ਸਿੰਗਲ ਟਿਕਟ ਲੈ ਕੇ ਚੜ੍ਹ ਜਾਂਦੇ ਹੋ। ਲੋਕ ਕਹਿ ਦੇਣਗੇ ਕੋਈ ਨਹੀਂ ਦੇਖਦਾ ਯਾਰ, ਸਿੰਗਲ ਟਿਕਟ ਲੈ ਕੇ ਆ ਜਾ, ਬਟ ਏਅਰਲਾਈਨ ਜਦੋਂ ਆਪਦੇ ਸਿਸਟਮ 'ਚ ਤੁਹਾਡੀ ਟਿਕਟ ਪਾਉਂਦੀ, ਉਹਨੂੰ ਪਤਾ ਲੱਗ ਜਾਂਦਾ ਕਿ ਦੇਖੋ ਸਿੰਗਲ ਟਿਕਟ ਹੈ, ਸ਼ੱਕ ਦੀ ਨਿਗਾਹ 'ਚ ਆ ਜਾਂਦੇ ਹੋ, ਵੱਖਰੀ ਲਾਈਨ 'ਚ ਏਅਰਲਾਈਨ ਕੱਢ ਕੇ ਤੁਹਾਨੂੰ ਬੋਰਡਿੰਗ ਡਿਨਾਈ ਕਰ ਸਕਦੀ ਹੈ। ਦੂਜਾ, ਤੁਸੀਂ ਦੋਵੇਂ ਵੱਖੋ ਵੱਖਰੀ ਟਿਕਟਾਂ ਲੈ ਲੈਂਦੇ ਹੋ, ਜਾਣ ਦੀ ਟਿਕਟ ਅਲੱਗ, ਆਉਣ ਦੀ ਅਲੱਗ, ਫਿਰ ਵੀ ਏਅਰਲਾਈਨ ਦੇ ਸ਼ੱਕ ਦੇ ਘੇਰੇ 'ਚ ਆ ਜਾਂਦੇ ਹੋ। ਕਿਉਂਕਿ ਜਿਹੜੇ ਬੰਦੇ ਨੇ ਜਾਣਾ ਉਹ ਇੱਕ ਟਿਕਟ ਲੈ ਕੇ ਜਾਏਗਾ, ਦੋ ਨਹੀਂ, ਦੋ ਬੰਦਾ ਉਹ ਟਿਕਟਾਂ ਲੈ ਕੇ ਜਾਂਦਾ ਕਿ ਮੈਂ ਇੱਕ ਟਿਕਟ ਉੱਥੇ ਜਾ ਕੇ ਕੈਂਸਲ ਕਰਾ ਲਊਂਗਾ, ਉਦੋਂ ਵੀ ਤੁਸੀਂ ਸ਼ੱਕ ਦੇ ਘੇਰੇ 'ਚ ਆ ਜਾਂਦੇ ਹੋ।
ਤੀਜਾ ਕਾਰਨ ਹੁੰਦਾ ਤੁਹਾਡੇ ਕੋਲ ਪ੍ਰੋਪਰ ਹੋਟਲ ਬੁਕਿੰਗ ਨਾ ਹੋਣਾ ਜਾਂ ਡੰਮੀ ਹੋਟਲ ਬੁਕਿੰਗ ਕਰਾ ਲੈਣਾ ਜਾਂ ਤੁਹਾਨੂੰ ਆਪਦੇ ਟੂਰ ਦੇ ਬਾਰੇ ਨੌਲੇਜ ਨਾ ਹੋਣਾ। ਹੁਣ ਇੱਕ ਰੀਸੈਂਟਲੀ ਸਾਡੇ ਕੋਲ ਕੇਸ ਆਇਆ ਸੀਗਾ, ਉਹਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ। ਕਾਰਨ ਸੁਣ ਕੇ ਤੁਸੀਂ ਹੈਰਾਨ ਹੋਵੋਗੇ, ਕਿਉਂਕਿ ਜਿਹੜੀ ਉਹਦੀ ਆਈਟੈਨਰੀ ਬਣੀ ਹੋਈ ਸੀ ਉਹ ਸਮਰ ਦੀ ਸੀਗੀ, ਜਿੱਥੇ ਉਹਨੇ ਜਾਣਾ ਸੀ, ਜਿੱਥੇ ਘੁੰਮਣਾ ਸੀ, ਉੱਥੇ ਬਹੁਤ ਜ਼ਿਆਦਾ ਬਰਫ਼ ਸੀ, ਇਸ ਮੌਸਮ ਦੇ ਵਿੱਚ ਘੁੰਮਿਆ ਨਹੀਂ ਜਾ ਸਕਦਾ ਸੀਗਾ। ਦੂਜਾ ਉਹਨੇ ਇੱਕ ਦੱਸਿਆ ਸੀ ਕਿ ਉੱਥੇ ਘੋੜਿਆਂ ਦੀ ਰੇਸ ਹੋਣੀ ਹੈ ਅਤੇ ਰੇਸ ਹਲੇ ਜੂਨ ਦੇ ਵਿੱਚ ਹੋਣੀ ਸੀਗੀ। ਸੋ ਦੋਨੋਂ ਜਿਹੜੇ ਪਰਪਸ ਔਫ ਵੀਟ ਸੀਗੇ ਉਹ ਬਣਦੇ ਨਹੀਂ ਸੀ, ਉਹਨੂੰ ਕੈਨੇਡਾ ਤੋਂ ਵਾਪਸ ਮੋੜ ਦਿੱਤਾ ਗਿਆ। ਸੋ ਤੁਸੀਂ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਰੱਖੋ, ਤੁਸੀਂ ਪਹਿਲਾਂ ਤੋਂ ਹੀ ਪ੍ਰੋਪਰ ਹੋਟਲ ਬੁਕਿੰਗ, ਰਿਟਰਨ ਏਅਰ ਟਿਕਟ, ਆਪਦੀ ਇੰਸ਼ੋਰੈਂਸ ਅਤੇ ਪਲਾਨ ਜ਼ਰੂਰ ਲੈ ਕੇ ਜਾਓ। ਜੇਕਰ ਫਿਰ ਵੀ ਤੁਹਾਨੂੰ ਵਾਪਸ ਮੋੜ ਦਿੱਤਾ ਜਾਂਦਾ ਸਾਡੇ ਕੋਲ ਆ ਜਾਓ, ਅਸੀਂ ਦੁਬਾਰੇ ਤੁਹਾਨੂੰ ਜਿਹੜਾ ਹੈਗਾ ਜਹਾਜ਼ ਚੜ੍ਹਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਅਗਲਾ ਕਮੈਂਟ ਹੈ ਜੀ ਨਿਖਲ, ਨਿਖਲ ਲਿਖਦੇ ਨੇ ਜੀ, ਸਰ ਆਈ ਲੋਜ਼ ਮਾਈ ਫਾਈਲ ਔਨ 22 ਨਵੰਬਰ ਫੋਰ ਕਲੋਜ਼ ਵਰਕ ਪਰਮਿਟ, 3 ਮੰਥ ਆਰ ਗੋਨ, ਮੈਡੀਕਲ ਅਪਡੇਟ ਸਿੰਸ 1 ਮੰਥ, ਹਾਓ ਮੱਚ ਇਟ ਵਿਲ ਟੇਕ ਮੋਰ ਟਾਈਮ। ਇਹਨਾਂ ਦੇ ਕਹਿਣ ਦਾ ਇਹ ਮਤਲਬ ਹੈ ਕਿ 3 ਮਹੀਨੇ ਹੋ ਗਏ ਪਰਮਿਟ ਦੀ ਫਾਈਲ ਲੱਗਿਆ ਨੂੰ, ਹਾਲੇ ਤੱਕ ਰਿਜ਼ਲਟ ਨਹੀਂ ਆਇਆ, ਜਦੋਂ ਕਿ ਮੈਡੀਕਲ ਅਪਡੇਟ ਹੋਇਆ ਨੂੰ ਵੀ 1 ਮਹੀਨਾ ਹੋ ਗਿਆ। ਦੋਸਤੋ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਨਾ, ਉਹ ਤੁਹਾਡੇ ਵੀਜ਼ੇ ਦੀ ਟਾਈਪ 'ਤੇ ਡਿਪੈਂਡ ਕਰਦਾ। ਜੇ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਹਾਂ, ਇਸ ਟਾਈਮ 25 ਤੋਂ 45 ਦਿਨ ਦਾ ਸਮਾਂ ਲੈ ਰਿਹਾ, ਅਤੇ ਜੇ ਆਪਾਂ ਵਰਕ ਪਰਮਿਟ ਦੀ ਗੱਲ ਕਰਦੇ ਹਾਂ 4 ਤੋਂ 5 ਮਹੀਨੇ ਦਾ ਟਾਈਮ ਲੈ ਰਿਹਾ। ਸੋ ਤੁਸੀਂ ਨਵੰਬਰ ਦੇ ਵਿੱਚ ਲਾਈ ਹੈ, ਤੁਹਾਡਾ ਹਾਲੇ ਅਪ੍ਰੈਲ ਤੱਕ ਦਾ ਟਾਈਮ ਹੈ, ਅਪ੍ਰੈਲ ਤੱਕ ਤੁਹਾਨੂੰ ਜਿਹੜਾ ਰਿਜ਼ਲਟ ਹੈਗਾ ਉਹ ਆ ਸਕਦਾ। ਸੋ ਹਾਲੇ ਤੁਸੀਂ ਥੋੜ੍ਹੀ ਵੇਟ ਕਰ ਲਓ। ਅਗਲਾ ਜਿਹੜਾ ਕਮੈਂਟ ਹੈਗਾ ਜੀ, ਮਿਸਟਰ ਗੌਰਵ ਗੁਪਤਾ ਲਿਖਦੇ ਨੇ, ਕੈਨੇਡਾ ਵੀਜ਼ਾ ਲਈ ਕਿੰਨੇ ਪੈਸਿਆਂ ਦੀ ਲੋੜ ਹੁੰਦੀ ਹੈ, ਕਿੰਨੇ ਫੰਡ ਚਾਹੀਦੇ ਹੁੰਦੇ ਨੇ? ਬੜਾ ਸੋਹਣਾ ਸਵਾਲ ਹੈ ਨਾ ਦੋਸਤੋ। ਵੀ ਤੁਹਾਡੇ ਕੋਲ ਜਿਹੜੇ ਫੰਡ ਨੇ ਉਹ ਇੰਨੇ ਕੁ ਹੋਣੇ ਚਾਹੀਦੇ ਨੇ ਕਿ ਉਹਨਾਂ ਫੰਡਾਂ ਨਾਲ ਤੁਸੀਂ ਆਪਦਾ ਟੂਰ ਵੀ ਅਫੋਰਡ ਕਰ ਸਕੋ, ਅਤੇ ਜਦੋਂ ਤੁਸੀਂ ਬਾਹਰ ਹੈਗੇ ਹੋ ਯਾਨੀ ਕਿ ਆਊਟ ਆਫ ਕੰਟਰੀ ਹੋ, ਉਦੋਂ ਤੁਹਾਡੇ ਘਰ ਦਾ ਖਰਚਾ ਵੀ ਚੱਲ ਸਕੇ। ਸੋ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ, ਤੁਸੀਂ ਸਪੈਸ਼ਲੀ ਕੈਨੇਡਾ ਲਈ ਪੁੱਛਿਆ, ਸੋ 4 ਤੋਂ 5 ਲੱਖ ਰੁਪਏ ਜੇ ਤੁਹਾਡੇ ਅਕਾਊਂਟ 'ਚ ਹੈ ਤਾਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ, ਅਤੇ ਇੰਨੇ ਕੁ ਫੰਡਾਂ 'ਤੇ ਜਿਹੜਾ ਵੀਜ਼ਾ ਹੈਗਾ ਉਹ ਆ ਵੀ ਜਾਂਦਾ ਹੈਗਾ। ਸੋ 4 ਤੋਂ 5 ਲੱਖ ਦਾ ਤੁਸੀਂ ਫੰਡ ਰੱਖ ਕੇ ਜਿਹੜਾ ਹੈਗਾ ਆਪਦਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ। ਅਗਲਾ ਕਮੈਂਟ ਹੈ ਜੀ ਲਰਨ ਐਂਡ ਐਡਵਾਂਸ ਵਾਲਿਆਂ ਦਾ, ਲਿਖਦੇ ਨੇ, ਸਰ ਮਾਈ LMIA ਹੈਵ ਅਰਾਈਵਡ ਔਨ 8th August 2023 ਬਟ ਮਾਈ ਬਾਇਓਮੈਟ੍ਰਿਕ ਹੈਜ਼ ਨੋਟ ਅਰਾਈਵਡ ਯੈਟ, ਵਟ ਕੁੱਡ ਬੀ ਦਾ ਰੀਜ਼ਨ ਫੋਰ ਦਿਸ? ਮੈਂ ਤੁਹਾਡਾ ਸਵਾਲ ਸਮਝ ਨਹੀਂ ਸਕਿਆ। ਤੁਸੀਂ ਕਹਿੰਦੇ ਕਿ ਜਿਹੜੀ ਮੇਰੀ LMIA ਹੈ ਉਹ ਅਗਸਤ 'ਚ ਆ ਗਈ ਸੀ, ਬਾਇਓਮੈਟ੍ਰਿਕ ਹੁਣ ਤੱਕ ਨਹੀਂ ਆਇਆ। LMI ਦਾ ਬਾਇਓਮੈਟ੍ਰਿਕ ਨਾਲ ਕੋਈ ਲਿੰਕ ਨਹੀਂ, ਬਾਇਓਮੈਟ੍ਰਿਕ ਉਦੋਂ ਹੋਣਗੇ ਜਦੋਂ ਤੁਹਾਡੀ ਫਾਈਲ ਲੱਗੇਗੀ। LMI ਵੱਖਰੀ ਚੀਜ਼ ਹੈ। LMI ਕੀ ਹੈ ਕਿ ਤੁਹਾਡੀ ਇੱਕ ਤਰ੍ਹਾਂ ਦੀ ਜੋਬ ਔਫਰ ਹੈ, ਜਿਹੜੀ ਜਦੋਂ ਆਪਾਂ ਵਰਕ ਪਰਮਿਟ ਦੀ ਫਾਈਲ ਅਪਲਾਈ ਕਰਦੇ ਹਾਂ ਤੁਹਾਡੇ ਕੋਲ ਜੋਬ ਔਫਰ ਯਾਨੀ ਕਿ LMI ਹੋਣਾ ਜ਼ਰੂਰੀ ਹੈ। LMI ਦੀ ਹੈਲਪ ਦੇ ਨਾਲ ਤੁਸੀਂ ਆਪਦੀ ਫਾਈਲ ਲਾ ਸਕਦੇ ਹੋ। ਜਦੋਂ ਤੁਹਾਡੀ ਫਾਈਲ ਸਬਮਿਟ ਹੋ ਜਾਂਦੀ ਹੈ ਉਸ ਤੋਂ 10 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਬਾਇਓਮੈਟ੍ਰਿਕ ਨੇ ਉਹ ਹੋ ਜਾਂਦੇ ਨੇ। ਸੋ ਤੁਸੀਂ ਆਪਦੇ ਕੰਸਲਟੈਂਟ ਨਾਲ ਗੱਲ ਕਰੋ, ਆਪਦੇ ਐਡਵੋਕੇਟ ਨਾਲ ਗੱਲ ਕਰੋ, ਜਿਹਨੇ ਤੁਹਾਡੀ ਫਾਈਲ ਲਾਈ ਹੈ ਉਹੀ ਜਿਹੜੇ ਤੁਹਾਨੂੰ ਦੱਸ ਸਕਦਾ ਕਿ ਤੁਹਾਡੀ ਫਾਈਲ 'ਚ ਕੀ ਪ੍ਰੋਬਲਮ ਹੈ ਔਰ ਕਦੋਂ ਤੱਕ ਤੁਹਾਡੀ ਜਿਹੜੀ ਬਾਇਓਮੈਟ੍ਰਿਕ ਹੈ ਉਹ ਹੋਣ ਵਾਲੀ ਹੈ। ਅਗਲਾ ਕਮੈਂਟ ਹੈ ਜੀ ਮਿਸਟਰ ਵਿਨਾਇਕ, ਅਜੇ ਵਿਨਾਇਕ ਲਿਖਦੇ ਨੇ, ਵੀਰ ਜੀ ਮੈਰਿਜ ਕੇਸ ਦੇ ਵਿੱਚ ਵੀਜ਼ਾ ਕਿੰਨੇ ਟਾਈਮ ਦੇ ਵਿੱਚ ਆ ਜਾਂਦਾ ਹੈ ਜੇਕਰ ਮੈਰਿਜ ਹੋਇਆਂ ਨੂੰ ਹਲੇ 3 ਮਹੀਨੇ ਹੋਏ ਹੋਣ? ਮੈਰਿਜ ਕੇਸ ਕਿਸ ਤਰ੍ਹਾਂ ਦਾ ਮੈਰਿਜ ਕੇਸ ਹੈ? ਤੁਸੀਂ ਜਿਹਨਾਂ ਮੈਰਿਜ ਕੀਤੀ ਹੈ ਕਿ ਉਹ PR ਹੈ, ਵਰਕ ਪਰਮਿਟ 'ਤੇ ਹੈ ਜਾਂ ਸਟੂਡੈਂਟ ਹੈ? ਸੋ ਤੁਹਾਨੂੰ ਇਹ ਦੱਸਣਾ ਪਏਗਾ। ਜੇਕਰ ਤੁਹਾਡਾ ਸਪਾਊਸ PR ਹੈ ਤਾਂ ਤੁਹਾਡੀ PR ਦੀ ਫਾਈਲ ਲੱਗੇਗੀ।
ਜੇ ਆਪਾਂ PR ਦੀ ਫਾਈਲ ਲਾਉਂਦੇ ਹਾਂ ਤਾਂ ਘੱਟੋ ਘੱਟ 8 to 15 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ, ਜਿਸ ਦਾ ਤੁਹਾਡੇ ਬਾਇਓਮੈਟ੍ਰਿਕ ਹੋ ਗਏ। ਜੇ ਤੁਹਾਡਾ ਸਪਾਊਸ ਸਟੂਡੈਂਟ ਹੈ ਜਾਂ ਵਰਕ ਪਰਮਿਟ 'ਤੇ ਹੈ, ਫਿਰ ਤੁਹਾਡੀ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲੱਗੇਗੀ, ਜਿਸ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਦੋਸਤੋ ਉਹ 4 to 5 ਮਹੀਨੇ ਆਫਟਰ ਬਾਇਓਮੈਟ੍ਰਿਕ। ਸੋ ਇਹ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਸਪਾਊਸ ਵੀਜ਼ਾ ਯਾਨੀ ਕਿ ਮੈਰਿਜ ਵੀਜ਼ਾ ਜਿਹਨੂੰ ਤੁਸੀਂ ਕਹਿ ਰਹੇ ਹੋ ਇਹ ਕਿਸ ਤਰ੍ਹਾਂ ਦਾ ਹੈ, ਕਿਸੇ ਸਿਟੀਜ਼ਨ ਨਾਲ ਤੁਸੀਂ ਮੈਰਿਜ ਕੀਤੀ ਹੈ, ਕਿਸੇ PR ਨਾਲ ਮੈਰਿਜ ਕੀਤੀ ਹੈ, ਜਾਂ ਓਪਨ ਵਰਕ ਪਰਮਿਟ 'ਤੇ ਨੇ ਜਾਂ ਸਟੱਡੀ ਵੀਜ਼ਾ ਨੇ। ਸੋ ਉਸ ਤਰੀਕੇ ਨਾਲ ਮੈਂ ਤੁਹਾਨੂੰ ਜਿਹੜਾ ਹੈਗਾ ਉਹ ਸੁਜੈਸਟ ਕਰ ਸਕਦਾ ਹੈਗਾ। ਅਗਲਾ ਕਮੈਂਟ ਹੈ ਜੀ ਕ੍ਰੀਏਟਿਵ ਵੰਡਰ ਵਾਲਿਆਂ ਦਾ, ਲਿਖਦੇ ਨੇ ਸਰ ਮੈਨੂੰ ਮੇਰੇ ਬ੍ਰਦਰ ਨੇ ਇਨਵੀਟੇਸ਼ਨ ਸੈਂਡ ਕੀਤੀ ਸੀ ਮੇਰੇ ਅਤੇ ਮੇਰੇ ਮਦਰ ਨੂੰ, ਸਰ ਮੇਰੇ ਅਤੇ ਮੇਰੇ ਮਦਰ ਨੂੰ ਸਾਡੀ ਬਾਇਓਮੈਟ੍ਰਿਕ 13 ਫਰਵਰੀ ਨੂੰ ਹੋਈ ਸੀ ਐਂਡ 12th ਵਿੱਚ ਮੈਂ ਸਟੱਡੀ ਕਰ ਰਿਹਾ ਹਾਂ, ਮੈਂ ਬੋਨਾਫਾਈਡ ਸਰਟੀਫਿਕੇਟ ਵੀ ਜਿਹੜਾ ਹੈਗਾ ਉਹ ਲਗਾਇਆ ਹੈਗਾ ਔਰ 10 lakh ਦਾ ਮੈਂ ਫੰਡ ਸ਼ੋਅ ਕੀਤਾ ਹੈ, ਪ੍ਰੋਪਰਟੀ ਦੀ ਵੈਲੂਏਸ਼ਨ ਲੱਗੀ ਹੈ, ਮੇਰੇ ਕਿੰਨੇ ਕੁ ਚਾਂਸਿਸ ਨੇ। ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਣਾ ਪਏਗਾ ਕਿ ਤੁਹਾਡਾ ਬ੍ਰਦਰ ਉੱਥੇ ਕਿਹੜੇ ਵੀਜ਼ੇ 'ਤੇ ਹੈ, ਸਟੱਡੀ ਵੀਜ਼ੇ 'ਤੇ ਹੈ, ਵਰਕ ਪਰਮਿਟ 'ਤੇ ਹੈ, PR ਹੈ, ਸਿਟੀਜ਼ਨ ਹੈ। ਜੇਕਰ ਤੁਹਾਡਾ ਬ੍ਰਦਰ PR ਹੈ ਜਾਂ ਸਿਟੀਜ਼ਨ ਹੈ ਤਾਂ ਤੁਹਾਡੇ ਬਹੁਤ ਵਧੀਆ ਚਾਂਸਿਸ ਨੇ, ਜੇ ਸਟੂਡੈਂਟ ਹੈ ਫਿਰ ਥੋੜ੍ਹੇ ਚਾਂਸਿਸ ਘੱਟ ਨੇ, ਪਰ ਇਸ ਟਾਈਮ ਜਿਹੜਾ ਸਕਸੈਸ ਰੇਟ ਹੈਗਾ ਉਹ ਬਹੁਤ ਵਧੀਆ ਆ ਰਿਹਾ। ਸਟੂਡੈਂਟ ਨੂੰ ਵੀ, ਸਟੂਡੈਂਟ ਦੇ ਬ੍ਰਦਰ ਨੂੰ ਵੀ ਵੀਜ਼ਾ ਮਿਲ ਰਿਹਾ ਜੇ ਮਦਰ ਨਾਲ ਤੁਸੀਂ ਅਪਲਾਈ ਕਰਦੇ ਹੈਗੇ ਹੋ। ਸੋ ਅੱਜ ਦੀ ਜੇ ਅੱਜ ਆਪਾਂ ਸਨੈਰੀਓ ਦੀ ਗੱਲ ਕਰੀਏ ਪ੍ਰੈਜੈਂਟ, ਜੇ ਮਾਰਚ ਦੀ ਮੈਂ ਗੱਲ ਕਰਦਾ, ਮਾਰਚ 2024 ਦੀ ਬਹੁਤ ਵਧੀਆ ਸਕਸੈਸ ਰੇਟ ਹੈਗਾ, ਤੁਹਾਨੂੰ ਵੀਜ਼ਾ ਆ ਸਕਦਾ, ਥੋੜ੍ਹੀ ਵੇਟ ਕਰ ਲਓ। ਸੋ ਦੋਸਤੋ ਇਹ ਸੀਗੇ ਤੁਹਾਡੇ ਅੱਜ ਦੇ ਸਵਾਲ, ਤੁਹਾਡੇ ਕਮੈਂਟ ਅਤੇ ਮੇਰੇ ਜਵਾਬ। ਉਮੀਦ ਕਰਦਾ ਕਿ ਤੁਹਾਨੂੰ ਚੰਗੇ ਲੱਗੇ ਹੋਣਗੇ। ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਹੋਰ ਵਧੇਰੇ ਜਾਣਕਾਰੀ ਲਈ, ਆਪਣਾ ਕੇਸ ਡਿਸਕਸ ਕਰਨ ਲਈ, ਕੇਸ ਅਪਲਾਈ ਕਰਨ ਲਈ ਤੁਸੀਂ ਸਾਡੀ ਕਿਸੇ ਵੀ ਬ੍ਰਾਂਚ 'ਤੇ ਵਿਜ਼ਿਟ ਕਰ ਸਕਦੇ ਹੋ ਜਾਂ ਸਕਰੀਨ ਦੇ ਉੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।